मैं डॉक्टर इंद्रजीत सिंह, डायरेक्टर ऑफ डॉक्टर द्वारका नाथ कोटनेस हेल्थ एंड एजुकेशन सेंटर सलीम काबिल लुधियाना, जिस दे विच मैं अज सारे देशवासियों नूं बहुत ज़्यादा खास तौर पर जिहड़े एक्यूपंक्चर सिस्टम के नाल डॉक्टर जिहड़े जुड़े हैं उन्होंने तो उन्होंने पेशेंटा जिन्होंने अज तक लखा पेशेंट ने एक्यूपंक्चर राही इस अपनी बीमारियों से छुटकारा पता, वह बधाई के पात्र योग। ਤੁਹਾਡਾ ਜਿੱਥੇ ਹੋਸਪਿਟਲ 49 ਈਅਰਸ ਪੂਰੇ ਕਰਨ ਤੋਂ ਬਾਅਦ 50ਵੇਂ ਸਾਲ ਦੇ ਵਿੱਚ ਐਂਟਰ ਕਰ ਰਿਹਾ ਹੈ, ਜਿੱਥੇ ਸਾਨੂੰ ਭਾਰਤ ਸਰਕਾਰ ਵੱਲੋਂ, ਭਾਰਤ ਸਰਕਾਰ ਦੇ ਸਵਾਸਥ ਅਤੇ ਫੈਮਿਲੀ ਵੈਲਫੇਅਰ ਐਂਡ ਹੈਲਥ ਵੱਲੋਂ ਇੱਕ 26 ਸਪਟੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਐਕਿਊਪੰਕਚਰ ਸਿਸਟਮ ਨੂੰ ਪੂਰਨ ਰੂਪ ਵਿੱਚ ਮਾਨਤਾ ਦੇਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਇੱਕ ਪ੍ਰਸ਼ੰਸਾਯੋਗ ਹੈ। ਮੈਂ ਖਾਸ ਤੌਰ 'ਤੇ ਜਿਹੜੇ ਆਪਣੇ ਸਾਡੇ ਸਵਾਸਥ ਮੰਤਰੀ ਨੱਡਾ ਜੀ ਦੀ ਗੱਲ ਕਰਦੇ ਹਾਂ, ਨੱਡਾ ਜੀ ਨੂੰ ਵਧਾਈ ਦਿੰਦਾ ਅਤੇ ਜਿਹਨਾਂ ਉਹਨਾਂ ਦੇ ਸਦਕੇ ਅੱਜ ਦੇਸ਼ ਨੂੰ ਆਮ ਲੋਕਾਂ ਨੂੰ ਐਕਿਊਪੰਕਚਰ ਵਿਧੀ ਰਾਹੀਂ ਸਸਤਾ, ਬਿਨਾਂ ਆਪਰੇਸ਼ਨ, ਬਿਨਾਂ ਦਵਾਈ ਤੋਂ ਇਲਾਜ ਮੁਹੱਈਆ ਕੀਤਾ ਜਾਏਗਾ, ਜੋ ਭਾਰਤ ਸਰਕਾਰ ਦੇ ਇੱਕ ਮੋਦੀ ਸਰਕਾਰ ਦੇ ਬਹੁਤ ਵੱਡਾ ਉਪਰਾਲੇ ਕੀਤਾ ਹੈ, ਜੋ ਵਧਾਈ ਦੇ ਪਾਤਰ ਆ। ਉਸ 'ਤੇ ਅਸੀਂ ਮੈਂ ਇਹ ਦੱਸਣਾ ਚਾਹੂੰਗਾ ਕਿ 2003 ਦੇ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਹਦੇ ਵਿੱਚ ਐਕਿਊਪੰਕਚਰ ਸਿਸਟਮ ਨੂੰ ਪ੍ਰੈਕਟਿਸ ਕਰਨ ਵਿੱਚ ਸਿਰਫ ਡਾਕਟਰ ਹੀ ਪ੍ਰੈਕਟਿਸ ਕਰ ਸਕਦੇ ਸੀ। ਉਸ ਨੂੰ ਅਸੀਂ ਰਿਕਮੈਂਡ ਕੀਤੀ ਸੀ ਔਰ ਭਾਰਤ ਸਰਕਾਰ ਨੇ ਇੱਕ ਉੱਚ ਪੱਧਰ ਦੀ ਕਮੇਟੀ ਬਣਾਈ ਸੀ, ਜਿਹਦੇ ਰਾਹੀਂ ਇਹ 2015 ਦੇ ਵਿੱਚ ਇਹ ਮੰਨ ਲਿਆ ਗਿਆ ਸੀ ਭਾਰਤ ਸਰਕਾਰ ਦੇ ਸਵਾਸਥ ਮੰਤਰਾਲੇ ਵੱਲੋਂ ਕਿ ਐਕਿਊਪੰਕਚਰ ਇੱਕ ਇੰਡੀਪੈਂਡੈਂਟ ਸਿਸਟਮ ਦੇ ਰੂਪ ਵਿੱਚ ਜਾਣਿਆ ਜਾ ਸਕਦਾ ਹੈ, ਮਾਨਤਾ ਦਿੱਤੀ ਜਾ ਸਕਦੀ। ਉਸ ਤੋਂ ਬਾਅਦ ਇੱਕ ਹਾਈ ਲੈਵਲ ਕਮੇਟੀ ਬਣਾਈ ਗਈ, ਜਿਸ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਕੀ ਹੋਣਗੇ, ਕਾਲਜ ਡਿਪਲੋਮਾ ਕੀ ਹੋਏਗਾ, ਕਿਸ ਤਰ੍ਹਾਂ ਦੇ ਲੋਕ ਪ੍ਰੈਕਟਿਸ ਕਰ ਸਕਣ, ਕਿੰਨੀ ਜਗ੍ਹਾ ਚਾਹੀਦੀ, ਉਹਦਾ ਜਿਹੜਾ ਹੈ ਸਮਾਂ ਭਾਰਤ 2018 ਦੇ ਵਿੱਚ ਇਹਨੂੰ, ਜਿੱਥੇ ਭਾਰਤ ਸਰਕਾਰ ਭਾਰਤ ਦੇ ਵਿੱਚ ਵੈਸਟ ਬੰਗਾਲ ਨੇ 1996 ਵਿੱਚ ਇਹਨੂੰ ਐਕੂਪੰਕਚਰ ਨੂੰ ਮਾਨਤਾ ਦਿੱਤੀ ਸੀ ਔਰ ਮਹਾਰਾਸ਼ਟਰ ਵਿੱਚ 2015 ਵਿੱਚ ਮਾਨਤਾ ਹੋਈ। ਅੱਜ ਬਹੁਤ ਖੁਸ਼ੀ ਦਾ ਯੋਗ ਹੈ ਕਿ ਨੱਡਾ ਜੀ ਦੀ ਮਿਹਨਤ ਸਦਕੇ ਪ੍ਰਾਈਮ ਮਿਨਿਸਟਰ ਮੋਦੀ ਜੀ ਦੇ ਰਹਿਣੋ ਕਲਮ ਦੇ ਥੱਲੇ 26 ਸਪਟੰਬਰ 2024 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਨੂੰ ਇਹ ਕਿਹਾ ਗਿਆ। ਇਹ ਯੋਗਦਾਨ ਪਾਉਣ ਦਾ ਇਸ ਦੇ ਨਾਲ ਖਾਲੀ ਇਲਾਜ ਹੀ ਨਹੀਂ, ਜੇ ਇੱਥੇ ਇਹ ਵੀ ਹੈ ਕਿ ਹੁਣ ਰਸਤਾ ਖੁੱਲ੍ਹੇਗਾ, ਫੁੱਲ ਫਲੈਜ ਐਕਿਊਪੰਕਚਰ ਡਿਪਲੋਮਾ ਅਤੇ ਡਿਗਰੀ ਕਾਲਜ ਖੋਲ੍ਹੇ ਜਾ ਸਕਣਗੇ, ਜੋ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਅਸੀਂ ਆਸ ਕਰਦੇ ਹਾਂ ਕਿ ਸਵਾਸਥ ਮੰਤਰਾਲੇ ਇਸ ਨਿਯਮ ਦੇ ਤਹਿਤ ਜਿਹੜਾ ਹੈ ਕੌਂਸਲ ਬਣਾਏਗਾ ਔਰ ਕੌਂਸਲ ਬਣਾ ਕੇ ਇਹਦੇ ਰੂਲ ਐਂਡ ਰੈਗੂਲੇਸ਼ਨ ਬਣਾ ਕੇ ਕਾਲਜ ਔਰ ਡਿਪਲੋਮਾ ਖੋਲ੍ਹੇ ਜਾਣਗੇ ਔਰ ਜਿਹਦੇ ਨਾਲ ਲੋਕਾਂ ਨੂੰ ਚੰਗਾ ਇਲਾਜ ਮਿਲੇਗਾ ਬਿਨਾਂ ਸਾਈਡ ਇਫੈਕਟ ਤੋਂ। ਬਹੁਤ ਹੀ ਇਕਨੋਮਿਕਲ ਸਿਸਟਮ ਭਾਰਤ ਸਰਕਾਰ ਨੇ, ਖਾਸ ਤੌਰ 'ਤੇ ਮੋਦੀ ਸਰਕਾਰ ਜੀ ਨੇ ਜੋ ਦਿੱਤਾ ਹੈ, ਇਹ ਬਹੁਤ ਪ੍ਰਸ਼ੰਸੀਗਲ ਅਸੀਂ ਲਗਾਂ। ਅੱਜ ਪੂਰੇ ਦੇਸ਼ ਦੇ ਵਿੱਚ ਮੈਂ ਦੱਸਣਾ ਇਹ ਚਾਹੁੰਦਾ ਕਿ ਡਾਕਟਰ ਕੋਟਨੇਸ ਹੋਸਪਿਟਲ ਲੁਧਿਆਣਾ ਨੂੰ ਪਿਛਲੇ ਸਾਲ WHO ਵਰਲਡ ਫੈਡਰੇਸ਼ਨ ਆਫ ਐਕਿਊਪੰਕਚਰ ਸੋਸਾਇਟੀ ਦਾ ਐਗਜੈਕਟਿਵ ਮੈਂਬਰ ਲਿਆ ਗਿਆ ਔਰ ਜਿਹਦੇ ਸਦਕੇ 2023 ਦੇ ਵਿੱਚ ਵਿਸ਼ਵਾਸ ਸੰਗਠਨ ਦੇ ਵਿੱਚ ਐਕਿਊਪੰਕਚਰ ਨੂੰ ਰਿਪ੍ਰੈਜੈਂਟ ਕਰਨ ਲਈ ਡਾਕਟਰ ਮੈਨੂੰ ਮੌਕਾ ਮਿਲਿਆ, ਜਿਹਦੇ ਵਿੱਚ ਅਸੀਂ ਐਕਿਊਪੰਕਚਰ ਰਾਹੀਂ ਇਹ ਪ੍ਰੂਵ ਕਰਤਾ ਕਿ ਅਗਰ ਲੋਕਾਂ ਨੂੰ ਚੰਗੀ ਸਿਹਤ ਮੁਹੱਈਆ ਕਰਾਉਣੀ ਹੈ ਤਾਂ ਐਕਿਊਪੰਕਚਰ ਇੱਕ ਟ੍ਰੈਡੀਸ਼ਨਲ ਸਿਸਟਮ ਹੈ, ਜਿਹੜਾ ਸਾਡਾ ਭਾਰਤੀ ਸਿਸਟਮ ਸੀ ਜਿਹਨੂੰ ਅੱਜ ਚਾਈਨਾ ਨੇ ਪੂਰਨ ਉਹ ਸਾਇੰਟੀਫਿਕਲੀ ਇਹਨੂੰ ਡਿਵੈਲਪ ਕੀਤਾ ਹੈ, ਉਹਦੇ ਰਾਹੀਂ ਲੋਕਾਂ ਨੂੰ ਸਸਤਾ ਇਲਾਜ ਮਹੀਆ। ਔਰ 2023 ਦੇ ਵਿੱਚ WHO ਨੇ ਵੀ ਇਹਨੂੰ ਮੰਨ ਲਿਆ ਹੈ ਕਿ ਐਕਿਊਪੰਕਚਰ ਰਾਹੀਂ ਅਸੀਂ ਲੋਕਾਂ ਨੂੰ 2030 ਤੱਕ
ਚੰਗੀ ਸਵੱਸਥ ਸੇਵਾ ਮੁਹੱਈਆ ਕਰਾ ਸਕਦੇ। ਉਸੇ ਕੜੀ ਵਿੱਚ ਮੈਂ ਭਾਰਤ ਸਰਕਾਰ ਦਾ, ਖਾਸ ਤੌਰ 'ਤੇ ਮੈਂ ਨੱਡਾ ਜੀ ਦਾ, ਓਮ ਬਿਰਲਾ ਜੀ ਦਾ, ਪ੍ਰਾਈਮ ਮਿਨਿਸਟਰ ਸਾਡੇ ਮੋਦੀ ਜੀ ਦਾ ਇਹ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਜੋ ਅੱਜ ਮੇਰੇ 50ਵਾਂ ਸਾਲ ਸ਼ੁਰੂ ਹੋਣ ਦੇ ਉੱਤੇ ਸਾਡੇ ਹੋਸਪਿਟਲ ਮਿਲੇ। ਇਹ ਸਾਡੇ ਵਿੱਚ ਇੱਕ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਸੀ 2010 ਦੇ ਵਿੱਚ, ਜਿਹਦਾ ਚੇਅਰਮੈਨ ਦੇ ਰੂਪ ਵਿੱਚ ਅਸੀਂ ਡਾਕਟਰ ਰਮਨ ਕਪੂਰ ਨੂੰ ਲਿਆ ਗਿਆ ਸੀ, ਜਿਹਦੇ ਵਿੱਚ 32 ਅਸੀਂ ਡਾਕਟਰ ਹਾਂ, ਜੇ ਬੰਬੇ ਤੋਂ ਵੀ ਸੀ, ਰਾਜਸਥਾਨ ਤੋਂ ਵੀ ਸੀ, ਬਾਕੀ ਡਾਕਟਰਾਂ ਦੇ ਸਦਕੇ, ਸਾਰਿਆਂ ਦੀ ਮਿਹਨਤ ਦੇ ਸਦਕੇ ਇੱਕ ਨੋਟੀਫਿਕੇਸ਼ਨ ਰਿਕਗਨਾਈਜੇਸ਼ਨ ਦਾ ਪਾਸ ਹੋਇਆ। ਔਰ ਮੈਂ ਸਭ ਨਾਲ ਵੱਡੀ ਗੱਲ ਹੈ ਕਿ ਜਿਹੜੇ ਭਾਰਤ ਦੇ ਵਿੱਚ ਐਕਿਊਪੰਕਚਰ ਚਿਕਿਤਸਾ ਪੱਧਤੀ ਰਾਹੀਂ ਡਾਕਟਰ ਜੁੜੇ ਹੋਏ, ਕਿਤੇ ਨਾਲ ਜੁੜੇ ਹਨ, ਉਹਨਾਂ ਨੂੰ ਗੌਰਮੈਂਟ ਨੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਲੀਗਲ ਸਟੇਟਸ ਮਿਲੇਗਾ, ਉਹਨਾਂ ਨੂੰ ਰਜਿਸਟ੍ਰੇਸ਼ਨ ਮਿਲੇਗੀ, ਉਹ ਇੱਜ਼ਤ ਦੀ ਆਪਣੀ ਜੋ ਕਿ ਲੋਕਾਂ ਨੂੰ ਚੰਗਾ ਔਰ ਸਸਤਾ ਮਿਲੇ। ਖਾਸ ਤੌਰ 'ਤੇ ਅਸੀਂ ਰਿਣੀ ਹਾਂ, ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਇਸ ਗੱਲ ਦੀ ਵੀ ਕਮਿਟਮੈਂਟ ਹੈ ਕਿ ਜਿਹਨਾਂ ਨੂੰ ਅਸੀਂ ਇਸ ਐਜੂਕੇਸ਼ਨ ਨੂੰ ਇਨਹਾਂਸ ਕਰਨ ਲਈ, ਜਿਹੜੇ ਡਾਕਟਰ ਆਲਰੇਡੀ ਪ੍ਰੈਕਟਿਸ ਕਰਦੇ ਹੈ ਉਹਨਾਂ ਨੇ ਨੌਲੇਜ ਵਧਾਉਣ ਲਈ ਵੀ ਸਮੇਂ ਸਮੇਂ 'ਤੇ ਅਸੀਂ ਕੰਟੀਨਿਊ ਮੈਡੀਕਲ ਐਜੂਕੇਸ਼ਨ ਰਾਹੀਂ ਐਕਿਊਪੰਚਰ ਦੀ ਸਿੱਖਿਆ ਦੇਣਗੇ। ਜਿਸ ਲਈ ਮੈਂ ਇਹ ਦੱਸਣਾ ਚਾਹੂੰਗਾ, ਇਸ ਸਾਡੇ ਡਾਕਟਰ ਕੋਟਨੈਸ ਹੋਸਪਿਟਲ ਦੀ ਬੁਨਿਆਦ ਸਾਡੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਐਜ ਏ ਇਨਡੋਰ, ਭਾਰਤ ਦਾ ਪਹਿਲਾ ਇਨਡੋਰ ਹੋਸਪਿਟਲ 1976 ਵਿੱਚ ਇਹਦੀ ਬੁਨਿਆਦ ਰੱਖੀ ਸੀ, ਜੋ ਅੱਜ ਪੂਰੇ ਦੇਸ਼ ਨਹੀਂ ਪੂਰੇ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦਿਖਾ ਰਿਹਾ ਹੈ ਵਿਸ਼ਵ ਸਵਾਸਥ ਸੰਗਠਨ ਦੇ ਰਾਹੀਂ। ਮੈਂ ਉਹਨਾਂ ਦਾ ਵੀ ਰਿਣੀ ਹਾਂ, ਔਰ ਮੈਂ ਖਾਸ ਤੌਰ 'ਤੇ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੇ ਜਿਨ੍ਹਾਂ ਨੇ ਮੈਨੂੰ ਪਿਛਲੇ 50ਵਾਂ ਸਾਲਾਂ ਦੇ ਵਿੱਚ ਪੂਰਾ ਸਹਿਯੋਗ ਦੇ ਕੇ ਅੱਜ ਉਸ ਖੁਸ਼ੀ ਦੇ ਮੌਕੇ ਦੇ ਵਿੱਚ ਸਾਰੇ ਹੀ ਸ਼ਰੀਕ ਹੋ ਸਕਦੇ ਹਾਂ ਕਿ ਅਸੀਂ ਲੋਕਾਂ ਦੇ ਵਿੱਚ ਕੁਛ ਨਾ ਕੁਛ ਐਸਾ ਚੀਜ਼ ਕੀਤੀ ਹੈ ਜਿਹਦੇ ਵਿੱਚ ਲੋਕਾਂ ਨੂੰ ਵਧੀਆ ਔਰ ਚੰਗਾ ਇਲਾਜ ਮਿਲੇਗਾ। ਮੈਂ ਹੁਣ ਸਾਰੇ ਹੋਸਪਿਟਲਾਂ ਦੇ ਵਿੱਚ ਇਸ ਨੋਟੀਫਿਕੇਸ਼ਨ ਦਾ ਜੋ ਬੈਨੀਫਿਟ ਮਿਲੇਗਾ ਸਾਰੇ ਸਾਡੇ ਗੌਰਮੈਂਟ ਹੋਸਪਿਟਲਾਂ ਦੇ, ਬਾਕੀ ਹੋਸਪਿਟਲਾਂ ਦੇ ਸਰਕਾਰ ਰਾਹੀਂ ਇੱਕ ਖੋਲ੍ਹਣ ਲਈ ਡਿਪਾਰਟਮੈਂਟ ਖੋਲ੍ਹੇ ਜਾਣਗੇ ਔਰ ਉਹਦੇ ਵਿੱਚ ਜਿਹੜਾ ਹੈ ਨਿਯਮ ਬਣਨਗੇ ਤਾਂ ਕਿ ਲੋਕਾਂ ਨੂੰ ਅੱਛਾ ਸਸਤਾ ਇਲਾਜ ਅਤੇ ਪੂਰੇ ਦੇਸ਼ ਵਾਸੀਆਂ ਨੂੰ, ਖਾਸ ਅਨੀਸ਼ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਅੱਜ ਸਾਡੇ ਸਦਕੇ ਸਾਰੇ ਐਫਰਟਸ ਦੇ ਨਾਲ ਸਾਰੇ ਐਕਿਊਪੰਕਚਰ ਨੂੰ ਇੱਕ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਉਹਨਾਂ ਲਈ ਮੈਂ ਧੰਨਵਾਦ ਦਿੰਦਾ ਅਤੇ ਸਾਰਿਆਂ ਨੂੰ ਭਾਰਤ ਸਰਕਾਰ ਦਾ ਕਿ ਬਹੁਤ ਵੱਡਾ ਇੱਕ ਉਪਰਾਲੇ ਕੀਤਾ ਹੈ। ਬਾਕੀ ਜਿਹੜੀ ਆ ਕਾਰਵਾਈ ਹੈਗੀਆਂ ਕੌਂਸਲ ਬਣਨ ਦੀ, ਬੋਰਡ ਬਣਨ ਦੀ, ਔਰ ਇਹਨਾਂ ਨੂੰ ਕਿਵੇਂ ਰੈਗੂਲੇਟ ਕੀਆ ਜਾਏਗਾ, ਇਹਦੇ ਲਈ ਵੀ ਛੇਤੀ ਹੀ ਮੈਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਸਮੇਂ ਸਮੇਂ 'ਤੇ ਕਦਮ ਚੁੱਕੇ। ਧੰਨਵਾਦ ਡਾਕਟਰ ਸਾਹਿਬ। ਹੈਲਥ ਤੋਂ ਇਲਾਵਾ ਕੀ ਕੋਈ ਕਾਲਜ ਵਗੈਰਾ ਬਣਨਗੇ, ਡਿਗਰੀ ਕਾਲਜ, ਡਿਪਲੋਮੇ, ਕਿਸ ਤਰ੍ਹਾਂ ਹੋਊਗਾ ਇਹ ਸਾਰਾ ਸਿਸਟਮ? ਇੱਕ ਤਾਂ ਲੋਕਾਂ ਨੂੰ ਚਲੋ ਹੋਸਪਿਟਲ ਦੇ ਵਿੱਚ ਐਕੂਪੈਂਚਰ ਡਾਕਟਰ ਜਿਹੜੇ ਉਹ ਮਿਲਣਗੇ, ਜਿਹੜੇ ਪਹਿਲਾਂ ਤੋਂ ਕਰਦੇ ਪਏ ਉਹਨਾਂ ਰਜਿਸਟ੍ਰੇਸ਼ਨ ਤੁਸੀਂ ਕਰ ਦੂੰਗੇ ਕੌਂਸਲ ਬਣਨ ਦੇ ਨਾਲ, ਅਤੇ ਐਜੂਕੇਸ਼ਨ ਦੇ ਲਿਹਾਜ਼ ਨਾਲ ਕਰੀਏ ਉਹ ਕਿੱਦਾਂ ਹੋਊਗਾ? ਸਭ ਨਾਲ ਪਹਿਲੇ ਜਦੋਂ ਮੈਂ ਤੁਹਾਨੂੰ ਦੱਸਿਆ, ਜਦੋਂ ਹਾਈ ਲੈਵਲ ਕਮੇਟੀ ਬਣੀ ਸੀ, ਗਵਰਨਮੈਂਟ ਮਿਨਿਸਟਰੀ ਆਫ ਹੈਲਥ ਫੈਮਿਲੀ ਵੈਲਫੇਅਰ ਨੇ ਸਾਡੇ ਕੋਲ ਨਿਯਮਸ ਬਣਾਏ ਸੀ ਕਿ ਐਜੂਕੇਸ਼ਨ ਦੇਣ ਵਾਸਤੇ, ਬੱਚਿਆਂ ਨੂੰ ਐਜੂਕੇਸ਼ਨ ਵਧਾਉਣ ਵਾਸਤੇ ਕਿਸ ਤਰ੍ਹਾਂ ਦਾ ਸਾਨੂੰ ਸਿਲੇਬਸ ਚਾਹੀਦਾ, ਕਿੰਨੇ ਸਾਲ ਜੋ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਉੱਪਰ ਜੋ ਪੂਰੇ ਵਿਸ਼ਵ ਦੇ ਵਿੱਚ ਇਸ ਐਕੂਪੈਂਚਰ ਦੇ ਡਿਪਲੋਮਾ ਡਿਗਰੀ ਕਾਲਜ ਚੱਲ ਰਹੇ ਹੈਗੇ, ਉਹਨਾਂ ਦਾ ਸਾਰਾ ਕੰਪਾਇਲ ਕਰਨ ਤੋਂ ਬਾਅਦ ਡਿਪਲੋਮਾ ਕਾਲਜ ਕੌਂਸਲ ਚਲਾਏਗੀ, ਔਰ ਕੁਛ ਸਾਲਾਂ ਤੋਂ ਬਾਅਦ ਉਮੀਦ ਕਰਦੇ ਹਾਂ ਕਿ ਜਦੋਂ ਡਿਪਲੋਮਾ ਕਾਲਜ ਚਲੇ ਜਾਣਗੇ ਇਹਦੇ ਨਾਲ ਜਿਹੜਾ ਹੈ ਬੱਚਿਆਂ ਨੂੰ ਸਿਕਸ਼ਾ ਮਿਲੇਗੀ, ਅਨਇੰਪਲਾਇਮੈਂਟ ਦੂਰ ਹੋਏਗੀ, ਬਲਕਿ ਸਾਡਿਆਂ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਸਸਤੀ ਜਿਹੜੀ ਹੈ ਔਰ ਇੱਕ ਨੂੰ ਬਿਨਾਂ ਸਾਈਡ ਇਫੈਕਟ, ਬਿਨਾਂ ਸਰਜਰੀ ਮੇਜਰ ਬਿਮਾਰੀਆਂ ਦਾ ਇਲਾਜ ਵੀ ਹੋ ਸਕੇਗਾ, ਜੋ ਇੱਕ ਬਹੁਤ ਤਰ੍ਹਾਂ ਦਾ
ਕਿਫਾਇਤੀ ਇਲਾਜ ਚਿਕਿਤਸਾ ਪੱਧਤੀ ਸਾਬਤ ਹੋ ਚੁੱਕੀ ਹੈ। ਔਰ ਇੱਥੇ ਇਸ ਕਾਲਜ ਖੁੱਲ੍ਹਣ ਨਾਲ ਇਹ ਹੋਏਗਾ ਕਿ ਵਿਕਾਸ ਹੋਏਗਾ, ਲੋਕਾਂ ਵਿੱਚ ਵਧੇਗਾ। ਨੈਸ਼ਨਲ ਕਮਿਸ਼ਨ ਆਫ ਹੈਲਥ ਨੇ ਜੋ ਪਿੱਛੇ ਮੋਦੀ ਜੀ ਨੇ ਉਪਰਾਲਾ ਕੀਤਾ ਸੀ ਸਾਰੇ ਸਿਸਟਮਾਂ ਰਾਹੀਂ, ਉਸ ਨਿਯਮ ਦੇ ਵਿੱਚ ਕਿਉਂਕਿ ਐਕਿਊਪੰਚਰ ਸਿਸਟਮ ਨਹੀਂ ਸੀ ਵਿੱਚ, ਇਹ ਨੋਟੀਫਿਕੇਸ਼ਨ ਰਾਹੀਂ ਉਹਨਾਂ ਨੇ ਬਾਕੀ ਸਿਸਟਮਾਂ ਜਿਵੇਂ ਸਾਡੇ ਰਿਕਗਨਾਈਜ਼ ਆਯੁਰਵੈਦਿਕ ਹੋਮਪੈਥੀ, ਆਯੁਰਵੈਦਿਕ ਐਲੋਪੈਥੀ, ਨੈਚੁਰੋਪੈਥੀ, ਯੋਗਾ ਵਿੱਚ ਪਾਇਆ ਗਿਆ ਸੀ। ਹੁਣ ਐਕਿਊਪੰਚਰ ਨੂੰ ਵੀ ਉਸੇ ਨੋਟੀਫਿਕੇਸ਼ਨ ਦੇ ਅਮੈਂਡਮੈਂਟ ਤੋਂ ਬਾਅਦ ਇਹ ਹੈਲਥ ਸਿਸਟਮ ਕੇਅਰ ਦੇ ਵਿੱਚ ਪਾਇਆ ਗਿਆ ਹੈ। ਔਰ ਅਸੀਂ ਪੂਰੀ ਆਸ ਕਰਦੇ ਹਾਂ ਕਿ ਅਸੀਂ ਡਾਕਟਰ ਰਮਨ ਕਪੂਰ ਦੀ ਰਹਿਨਮਾਈ ਹੇਠ ਛੇਤੀ ਹੀ ਮੈਡੀਕਲ ਕਾਲਜ ਪੂਰੇ ਦੇਸ਼ ਵਿੱਚ ਖੋਲ੍ਹਣ ਜਾ ਰਹੇ ਹਾਂ। ਬਹੁਤ ਧੰਨਵਾਦ।